ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਲ 2020 ਅਤੇ ਸਾਲ 2021 ਅਸੀਂ ਗੁਰਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ ਸੋ ਇਸ ਕਰਕੇ ਬਹੁਤ ਸਾਰੀਆਂ ਸੰਸਥਾਵਾਂ ਉਹਨਾਂ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਪ੍ਰਤੀਯੋਗਤਾਵਾਂ ਕਰਵਾਂਦੀ ਆ ਰਹੀ ਹੈ ਤੇ ਅਸੀਂ ਵੀ ਕਰਵਾ ਰਹੇ ਹਾਂ ਜਿਵੇਂ ਕਿ ਕੁਇਜ਼ ਹੋ ਗਿਆ ਕੋਈ ਐਸੇ ਰਾਈਟਿੰਗ ਕੰਪੀਟੀਸ਼ਨ ਹੋ ਗਿਆ ਜਾਂ ਫਿਰ ਹੋਰ ਮੁਕਾਬਲੇ ਹੋਗੇ ਸੋ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਜੀ ਐਚ ਜੀ ਖਾਲਸਾ ਕਾਲਜ ਆਫ ਐਜੂਕੇਸ਼ਨ ਯੂਵਕ ਭਲਾਈ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਰਪ੍ਰਸਤੀ ਹੇਠ ਇੱਕ ਮੁਕਾਬਲਾ ਕਰਵਾਉਣ ਜਾ ਰਿਹਾ ਹੈ ਭਾਸ਼ਣ ਪ੍ਰਤੀਯੋਗਤਾ ਇਹ ਜਿਹੜੀ ਭਾਸ਼ਣ ਪ੍ਰਤੀਯੋਗਤਾ ਹੈ ਇਹ ਚਾਰ ਵਰਗਾਂ ਦੇ ਵਿੱਚ ਕਰਵਾਈ ਜਾਏਗੀ ਮਤਲਬ ਇਹ ਹੈ ਕਿ ਇਸ ਦੇ ਵਿੱਚ ਹਰ ਕੋਈ ਭਾਗ ਲੈ ਸਕਦਾ ਹੈ ਉਹ ਚਾਹੇ ਵਿਦਿਆਰਥੀ ਹੋਵੇ ਭਾਵੇਂ ਅਧਿਆਪਕ ਹੋਵੇ ਭਾਵੇਂ ਸਕੂਲ ਵਿੱਚ ਪੜਨ ਵਾਲਾ ਹੋਵੇ ਭਾਵੇਂ ਕਾਲਜ ਵਿੱਚ ਪੜਨ ਵਾਲਾ ਹੋਵੇ ਇਹ ਹੀ ਗੱਲ ਅਧਿਆਪਕਾਂ ਤੇ ਵੀ ਲਾਗੂ ਹੁੰਦੀ ਹੈ ਅਧਿਆਪਕ ਚਾਹੇ ਕਾਲਜ ਵਿੱਚ ਪੜਾਉਂਦਾ ਹੋਵੇ ਚਾਹੇ ਸਕੂਲ ਵਿੱਚ ਪੜਾਉਂਦਾ ਹੋਵੇ ਉਹ ਇਸ ਪ੍ਰਤੀਯੋਗਤਾ ਦੇ ਵਿੱਚ ਭਾਗ ਲੈ ਸਕਦਾ ਹੈ ਤੇ ਕੋਈ ਵੀ ਸੰਸਥਾ ਇੱਕ ਤੋਂ ਵੱਧ ਕਿਸੇ ਵੀ ਖੇਤਰ ਦੇ ਵਿੱਚ ਚਾਹੇ ਉਸ ਸਕੂਲ ਜਾਂ ਕਾਲਜ ਦੇ ਵਿੱਚ ਅਧਿਆਪਕ ਹੈ ਚਾਹੇ ਵਿਦਿਆਰਥੀ ਹੈ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈ ਸਕਦਾ ਹੈ ਜਿਹੜਾ ਉਹਨਾਂ ਨੇ ਭਾਸ਼ਣ ਦੇਣਾ ਹੋਵੇਗਾ ਉਹ ਉਸ ਦੀ ਜਿਹੜੀ ਸਮੇਂ ਦੀ ਹੱਦ ਹੈ ਵੱਧ ਤੋਂ ਵੱਧ 5 ਮਿੰਟ ਹੈ ਮਤਲਬ 5 ਮਿੰਟ ਦੇ ਅਧੀਨ ਉਸ ਨੇ ਆਪਣੀ ਗੱਲ ਨੂੰ ਕਹਿਣਾ ਹੋਵੇਗਾ ਤੇ ਸ਼ੁਰੂਆਤ ਦੇ ਵਿੱਚ ਥੋੜਾ ਬਹੁਤ ਉਸ ਨੇ ਆਪਣੀ ਜਾਣਕਾਰੀ ਦੇਣੀ ਹੋਏਗੀ ਆਪਣੇ ਆਪ ਬਾਰੇ ਆਪਣੀ ਵਿਦਿਅਕ ਸੰਸਥਾ ਬਾਰੇ ਸੋ ਵੱਧ ਤੋਂ ਵੱਧ ਜਿਹੜਾ ਸਮਾਂ ਹੈ ਉਹ 5 ਮਿੰਟ ਹੈ ਮਤਲਬ 5 ਮਿੰਟ ਤੋਂ ਬਾਅਦ ਉਹ ਬੱਚਾ ਜਿਹੜਾ ਹੈ ਉਹ ਡਿਸਕਵਾਲਿਫਾਈ ਕਰ ਦਿੱਤਾ ਜਾਏਗਾ ਅ ਇਸ ਤੋਂ ਬਾਅਦ ਆਂਦੀ ਹੈ ਜੀ ਗੱਲ ਭਾਸ਼ਣ ਦੇ ਵਿਸ਼ਿਆਂ ਦੀ ਭਾਸ਼ਣ ਦਾ ਵਿਸ਼ਾ ਇੱਕ ਹੀ ਹੋਏਗਾ ਗੁਰਤੇਗ ਬਹਾਦਰ ਜੀ ਨਾਲ ਸੰਬੰਧਤ ਸੋ ਗੁਰਤੇਗ ਬਹਾਦਰ ਜੀ ਦਾ ਜੀਵਨ ਗੁਰਤੇਗ ਬਹਾਦਰ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ ਗੁਰਤੇਗ ਬਹਾਦਰ ਜੀ ਦੁਆਰਾ ਰਚੀ ਹੋਈ ਬਾਣੀ ਗੁਰਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਦੀ ਵਿਸ਼ੇਸ਼ਤਾ ਅੱਜ ਦੇ ਮੌਜੂਦਾ ਸਮੇਂ ਦੇ ਸੰਦਰਭ ਵਿੱਚ ਜਾਂ ਗੁਰਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਦੇ ਨਾਲ ਜਾਂ ਉਹਨਾਂ ਦੀ ਬਾਣੀ ਦੇ ਨਾਲ ਜਾਂ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਕੁਝ ਵੀ ਵਿਸ਼ਾ ਤੁਸੀਂ ਲੈ ਸਕਦੇ ਹੋ ਸੋ ਉਹਦੇ ਨਾਲ ਸੰਬੰਧਿਤ ਤੁਸੀਂ ਵੀਡੀਓ ਬਣਾ ਕੇ ਬਣਾਉਣ ਤੋਂ ਬਾਅਦ ਤੁਸੀਂ ਉਸ ਵੀਡੀਓ ਨੂੰ ਈਮੇਲ ਕਰਨਾ ਹੈ ਈਮੇਲ ਆਈਡੀ ਨੋਟ ਕਰ ਲਓ ghgdc2021@gmail.com ਮੈਂ ਇੱਕ ਵਾਰ ਫਿਰ ਬੋਲ ਦਣਾ ghg ਗੁਰੂ ਹਰਗੋਬਿੰਦ ਜੀ ਦੇ ਨਾਮ ਨਾਲ ਕਾਲਜ ਹੈ ਸੋ ਉਸੇ ਕਰਕੇ ਅਸੀਂ ਇਸ ਦਾ ਨਾਮ GHG ਰੱਖਿਆ ਨਾਲ DC DC ਤੋਂ ਭਾਵ ਡੈਕਲੇਮੇਸ਼ਨ ਕੰਪੀਟੀਸ਼ਨ 2021 2021 @gmail.com ਇਹ ਜਦੋਂ ਤੁਸੀਂ ਵੀਡੀਓ ਬਣਾਉਂਗੇ ਵੀਡੀਓ ਬਣਾਉਣ ਤੋਂ ਬਾਅਦ ਉਹ ਵੀਡੀਓ ਇਸ ਈਮੇਲ ਆਈਡੀ ਤੇ ਤੁਸੀਂ ਭੇਜਣੀ ਹੈ ਤੇ ਭੇਜਣ ਦੀ ਜਿਹੜੀ ਅੰਤਮ ਮਿਤੀ ਹੈ ਉਹ ਹੈ 15 ਮਈ 2021 ਸੋ so, 15 ਮਈ 2021 ਤੋਂ ਪਹਿਲਾ ਪਹਿਲਾ ਉਹ ਤੁਸੀਂ ਵੀਡੀਓ ਜਿਹੜੀ ਹੈ ਉਹ ਭੇਜਣੀ ਹੈ ਤੇ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਜਿਹੜੀਆਂ ਮੈਂ ਦੋ ਤਿੰਨ ਚੀਜ਼ਾਂ ਹੁਣ ਤੁਹਾਨੂੰ ਦੱਸਣ ਲੱਗਿਆ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਧਿਆਨ ਚ ਰੱਖਦੇ ਹੋਏ ਤੁਸੀਂ ਭਾਸ਼ਣ ਦੇਣਾ ਜਦੋਂ ਤੁਸੀਂ ਭਾਸ਼ਣ ਦੀ ਵੀਡੀਓ ਬਣਾਉਣੀ ਹੈ ਤਾਂ ਆਮ ਤੌਰ ਤੇ ਅਸੀਂ ਜਦੋਂ ਕੋਈ ਖੜਾ ਹੁੰਦਾ ਤਾਂ ਅਸੀਂ ਇਸ ਤਰ੍ਹਾਂ ਕਰਕੇ ਵਰਟੀਕਲ ਤੌਰ ਤੇ ਅਸੀਂ ਵੀਡੀਓ ਬਣਾ ਲੈਂਦੇ ਹੁੰਦੇ ਆ ਤੇ ਅਸੀਂ ਇਸ ਨੂੰ ਇਸ ਤਰ੍ਹਾਂ ਕਰਕੇ ਬਣਾਉਣਾ ਹੈ ਮਤਲਬ ਹਾਰੀਜ਼ੋਂਟਲ ਰੱਖਣਾ ਹੈ ਅਸੀਂ ਇਸ ਨੂੰ ਸੋ ਹਾਰੀਜ਼ੋਂਟਲ ਮੋਬਾਈਲ ਨੂੰ ਰੱਖ ਕੇ ਹੀ ਤੁਸੀਂ ਵੀਡੀਓ ਬਣਾਉਣੀ ਹੈ ਤੇ ਕਾਫੀ ਵਾਰ ਕੀ ਹੁੰਦਾ ਅਸੀਂ ਜਦੋਂ ਵੀਡੀਓ ਬਣਾ ਲੈਂਦੇ ਹਾਂ ਹੁਣ ਅੱਜ ਕੱਲ ਤਾਂ ਆਨਲਾਈਨ ਐਡੀਟਿੰਗ ਅਸੀਂ ਬਹੁਤ ਢੰਗਾਂ ਨਾਲ ਕਰ ਸਕਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ ਕਿ ਵਿੱਚ ਥੋੜੀ ਬਹੁਤੀ ਕੋਈ ਸਾਊਂਡ ਪਾ ਲੈਂਦੇ ਆ ਪਿੱਛੇ ਤੋਂ ਤਾਂ ਕਿ ਅਸੀਂ ਆਪਣੀ ਕਹੀ ਹੋਈ ਗੱਲ ਨੂੰ ਹੋਰ ਵਜ਼ਨਦਾਰ ਕਰ ਸਕੀਏ ਸੋ ਕਿਸੇ ਵੀ ਤਰ੍ਹਾਂ ਦੀ ਐਡੀਟਿੰਗ ਜਿਹੜੀ ਹੈਗੀ ਆ ਉਹ ਤੁਸੀਂ ਨਹੀਂ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਧੁਨੀ ਸਾਊਂਡ ਜਾਂ ਕੋਈ ਗੀਤ ਬੈਕਗ੍ਰਾਉਂਡ ਤੇ ਤੁਹਾਡਾ ਨਹੀਂ ਚੱਲਣਾ ਚਾਹੀਦਾ ਤੇ ਜਿਹੜੀ ਤੁਹਾਡੀ ਬੈਕਗ੍ਰਾਉਂਡ ਹੈ ਜਿੱਥੇ ਥਾਂ ਤੇ ਤੁਸੀਂ ਬੈਠੇ ਹੋ ਜਿਵੇਂ ਮੇਰੇ ਪਿਛਲੇ ਪਾਸੇ ਤੋਂ ਚਿੱਟਾ ਆਪਾਸਾ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਸੋ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਜਾਂ ਫਿਰ ਵਾਤਾਵਰਣ ਦੇ ਵਿੱਚ ਜੇ ਤੁਸੀਂ ਉਹ ਵੀਡੀਓ ਬਣਾ ਰਹੇ ਹੋ ਤਾਂ ਕੋਸ਼ਿਸ਼ ਕਰਿਓ ਕਿ ਜਿਹੜੀ ਸਾਊਂਡ ਹੈ ਉਹ ਜ਼ਿਆਦਾ ਡਿਸਟਰਬ ਨਾ ਕਰੇ ਐਦਾਂ ਨਾ ਹੋਏ ਕਿ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਤੁਹਾਡੀ ਆਵਾਜ਼ ਜਿਹੜੀ ਹੈ ਉਹ ਚੰਗੀ ਤਰ੍ਹਾਂ ਸੁਣਾਈ ਨਹੀਂ ਦੇ ਰਹੀ ਸੋ ਇਸ ਕਰਕੇ ਜਿਹੜਾ ਤੁਹਾਡਾ ਪਿਛਲਾ ਪਾਸਾ ਹੈਗਾ ਉਹ ਥੋੜਾ ਜਿਹਾ ਸਪਲੇਨ ਹੋਣਾ ਚਾਹੀਦਾ ਹੈ ਹਲਕੇ ਰੰਗ ਦਾ ਹੋਣਾ ਚਾਹੀਦਾ ਤਾਂ ਕਿ ਤੁਹਾਡੀ ਜਿਹੜੀ ਸ਼ਕਲ ਹੈ ਉਹ ਵੀ ਚੰਗੀ ਤਰ੍ਹਾਂ ਦਿਖ ਜੇ ਤੇ ਬਾਹਰ ਅਸੀਂ ਤਾਂ ਕਰਕੇ ਕਹਿ ਰਹੇ ਹਾਂ ਕਿ ਬਾਹਰ ਕਈ ਵਾਰੀ ਹਵਾ ਵਗੈਰਾ ਜਾਂ ਹੋਰ ਧੂਨੀ ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਸਾਨੂੰ ਤੁਹਾਡੀ ਗੱਲ ਚੰਗੀ ਤਰ੍ਹਾਂ ਸੁਣ ਨਾ ਸਕੇ ਤੇ ਜਦੋਂ 15 ਮਈ ਤੱਕ ਵੀਡੀਓ ਸਾਡੇ ਕੋਲ ਆ ਜਾਣਗੀਆਂ ਤਾਂ ਉਸ ਤੋਂ ਬਾਅਦ ਜੱਜ ਸਾਹਿਬਾਨ ਨੂੰ ਉਹ ਸਾਰੀਆਂ ਵੀਡੀਓਜ਼ ਅਸੀਂ ਭੇਜ ਦੇਵਾਂਗੇ ਤੇ ਤਕਰੀਬਨ ਹਫ਼ਤੇ 10 ਦਿਨ ਤੱਕ ਜਿਹੜਾ ਹੈ ਨਤੀਜਾ ਘੋਸ਼ਿਤ ਕਰ ਦਿੱਤਾ ਜਾਏਗਾ ਤੇ ਜਦੋਂ ਨਤੀਜਾ ਘੋਸ਼ਿਤ ਹੋਏਗਾ ਤਾਂ ਉਹ ਜਿੰਨੀਆਂ ਵੀ ਵੀਡੀਓ ਸਾਡੇ ਕੋਲ ਆਉਣਗੀਆਂ ਉਸੇ ਆਪਣੇ ਕਾਲਜ ਦੇ YouTube ਚੈਨਲ ਤੇ ਪਾਵਾਂਗੇ ਹਰ ਕੋਈ ਉਸ ਨੂੰ ਦੇਖ ਸਕੇਗਾ ਤੇ ਇੱਕ ਹੋਰ ਚੀਜ਼ ਐ ਕਿ ਜਦੋਂ ਵੀ ਤੁਸੀਂ ਜੇਕਰ ਕੋਈ ਵੀ ਅ ਵਿਦਿਆਰਥੀ ਜਾਂ ਅਧਿਆਪਕ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਜ਼ਰੂਰ ਕਰਵਾਵੇ ਰਜਿਸਟ੍ਰੇਸ਼ਨ ਦਾ ਜਿਹੜਾ ਲਿੰਕ ਹੈ ਉਹ ਇਸ ਵੀਡੀਓ ਦੇ ਥੱਲੇ ਵੀ ਤੁਹਾਨੂੰ ਦਿਖਾਈ ਦੇ ਦੇਗਾ ਤੇ ਜਿਨ੍ਹਾਂ ਕੋਲੇ ਪੀਡੀਐਫ ਫਾਰਮੈਟ ਦੇ ਵਿੱਚ ਲਿਖ ਕੇ ਇਹ ਸਾਰੀਆਂ ਚੀਜ਼ਾਂ ਆਈਆਂ ਨੇ ਮੈਂ ਬੋਲ ਕੇ ਦੱਸ ਰਿਹਾ ਜੇ ਲਿਖ ਕੇ ਤੁਹਾਡੇ ਕੋਲ ਆਈਆਂ ਨੇ ਤਾਂ ਉਹਦੇ ਵਿੱਚ ਵੀ ਉਹ ਜਿਹੜਾ ਲਿੰਕ ਹੈਗਾ ਉਹ ਉਸ ਦੇ ਵਿੱਚ ਦਿੱਤਾ ਹੋਇਆ ਤਾਂ ਉਸ ਤੇ ਕਲਿੱਕ ਕਰਕੇ ਤੁਸੀਂ ਆਪਣੇ ਆਪ ਬਾਰੇ ਜਾਣਕਾਰੀ ਦੇਣੀ ਹੈ ਤੇ ਕੋਸ਼ਿਸ਼ ਕਰਿਓ ਕਿ ਜਿਵੇਂ ਤੁਹਾਡਾ ਨਾਮ ਹੋ ਗਿਆ ਤੁਹਾਡੀ ਵਿਦਿਅਕ ਸੰਸਥਾ ਹੋਗੀ ਜੇ ਹੋ ਸਕੇ ਤਾਂ ਉਸੀ ਤੁਸੀਂ ਉਸ ਨੂੰ ਪੰਜਾਬੀ ਚ ਹੀ ਲਿਖਣਾ ਕਿਉਂਕਿ ਅਸੀਂ ਸਾਰਾ ਕੁਝ ਪੰਜਾਬੀ ਚ ਹੀ ਕਰ ਰਹੇ ਹਾਂ ਤੇ ਜਦੋਂ ਭਵਿੱਖ ਦੇ ਵਿੱਚ ਸਰਟੀਫਿਕੇਟ ਸਾਰਿਆਂ ਨੂੰ ਦਿੱਤੇ ਜਾਣਗੇ ਤਾਂ ਉਹ ਸਰਟੀਫਿਕੇਟ ਵੀ ਪੰਜਾਬੀ ਭਾਸ਼ਾ ਚ ਬਣਨਗੇ ਤਾਂ ਉਹ ਸਰਟੀਫਿਕੇਟ ਵਾਸਤੇ ਵੀ ਜਦੋਂ ਅਸੀਂ ਤੁਹਾਡੇ ਸਕੂਲ ਦਾ ਨਾਮ ਜਾਂ ਕਾਲਜ ਦਾ ਨਾਮ ਲਿਖਣਾ ਹੈ ਤੇ ਜੋ ਪੰਜਾਬੀ ਚ ਤੁਸੀਂ ਸਾਨੂੰ ਲਿਖ ਕੇ ਭੇਜੋ ਉਹ ਜ਼ਿਆਦਾ ਠੀਕ ਰਹੇਗਾ ਤਾਂ ਇਸ ਕਰਕੇ ਆਪਣੀਆਂ ਸਾਰੀਆਂ ਐਂਟਰੀਜ਼ ਜਿਹੜੀਆਂ ਨੇ ਉਹ ਪੰਜਾਬੀ ਭਾਸ਼ਾ ਚ ਲਿਖ ਕੇ ਦਿਓ ਉਹ ਜ਼ਿਆਦਾ ਚੰਗੀ ਗੱਲ ਹੈ ਤੇ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਵਾਓਗੇ ਰਜਿਸਟ੍ਰੇਸ਼ਨ ਜਦੋਂ ਤੁਹਾਡੀ ਬਿਲਕੁਲ ਕੰਪਲੀਟ ਹੋ ਜੇਗੀ ਪੂਰੀ ਹੋ ਜੇਗੀ ਤਾਂ ਬਿਲਕੁਲ ਪੂਰੀ ਹੋਣ ਤੋਂ ਬਾਅਦ ਇੱਕ WhatsApp ਦਾ ਲਿੰਕ ਤੁਹਾਨੂੰ ਉਪਲਬਧ ਹੋਏਗਾ ਤੇ ਜਦੋਂ ਉਹ WhatsApp ਦਾ ਲਿੰਕ ਤੁਹਾਨੂੰ ਉਪਲਬਧ ਹੋਏਗਾ ਉਸ ਤੇ ਕਲਿੱਕ ਕਰਕੇ ਤਾਂ ਤੁਸੀਂ ਇੱਕ ਗਰੁੱਪ ਦੇ ਮੈਂਬਰ ਬਣ ਜਾਓਗੇ ਤੇ ਭਵਿੱਖ ਦੇ ਵਿੱਚ ਜਿਹੜੀ ਲੋੜਿੰਦੀ ਜਾਣਕਾਰੀ ਹੈ ਉਹ ਉਸ ਦੇ ਵਿੱਚ ਹੀ ਪਾ ਦਿੱਤੀ ਜਾਏਗੀ ਸੋ ਇਹਨਾਂ ਗੱਲਾਂ ਨੂੰ ਕਹਿੰਦਾ ਹੋਇਆ ਮੈਂ ਆਪ ਸਭ ਦਾ ਧੰਨਵਾਦ ਕਹਿਣਾ ਬਹੁਤ ਬਹੁਤ ਧੰਨਵਾਦ